ਡਾਕਟਰ ਨਰਿੰਦਰ ਸਿੰਘ ਕਪੂਰ ਜੀ ਖਿੜਕੀਆਂ ਇੱਕ ਕਿਸਾਨ ਨੇ ਇੱਕ ਘੋੜਾ ਅਤੇ ਇੱਕ ਬਲਦ ਰੱਖਿਆ ਹੋਇਆ ਸੀ ਘੋੜਾ ਕਿਧਰੇ ਆਉਣ ਜਾਣ ਲਈ ਵਰਤਿਆ ਜਾਂਦਾ ਸੀ ਇੱਕ ਦਿਨ ਬਲਦ ਨੇ ਘੋੜੇ ਨੂੰ ਕਿਹਾ ਪਿਆਰੇ ਦੋਸਤ ਤੂੰ ਚੰਗੀ ਕਿਸਮਤ ਵਾਲਾ ਹੈ ਪਰ ਮੈਨੂੰ ਤਾਂ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ ਪੈਂਦਾ ਹੈ ਮੈਂ ਥੱਕ ਗਿਆ ਹਾਂ ਮੇਰਾ ਦਿਲ ਕਰਦਾ ਹੈ ਕਿ ਮੈਂ ਇੱਕ ਦਿਨ ਰੱਜ ਕੇ ਆਰਾਮ ਕਰਾਂ ਘੋੜੇ ਨੇ ਮਦਦ ਕਰਨ ਦੀ ਹਾਮੀ ਭਰੀ ਅਤੇ ਬਲਦ ਨੂੰ ਕਿਹਾ ਤੂੰ ਸਵੇਰੇ ਚਾਰਾ ਨਾ ਖਾਈਂ ਮਾਲਕ ਸਮਝ ਜਾਵੇਗਾ ਕਿ ਤੂੰ ਬਿਮਾਰ ਹੈ ਉਹ ਤੇਰੀ ਥਾਂ ਮੈਨੂੰ ਵਰਤ ਲਵੇਗਾ ਬਲਦ ਨੇ ਐਵੇਂ ਹੀ ਕੀਤਾ ਪਰ ਕਿਸਾਨ ਦੀ ਗੈਰ ਹਾਜ਼ਰੀ ਵਿੱਚ ਉਹ ਚਾਰਾ ਖਾ ਲੈਂਦਾ ਸੀ ਦੂਜੇ ਦਿਨ ਵੀ ਬਲਦ ਨੇ ਕਿਸਾਨ ਦੇ ਸਾਹਮਣੇ ਚਾਰਾ ਨਾ ਖਾਦਾ ਤੀਜੇ ਦਿਨ ਵੀ ਐਵੇਂ ਹੀ ਕੀਤਾ ਚੌਥੇ ਪੰਜਵੇਂ ਦਿਨ ਥੋੜਾ ਜਿਹਾ ਖਾ ਲਿਆ ਐਵੇਂ 7 ਦਿਨ ਲੰਘ ਗਏ ਨਰਸ ਦੇ ਘੋੜੇ ਦੀ ਸਦਭਾਵਨਾ ਅਤੇ ਸਨੇਹ ਦੀ ਦਰ ਵਰਤ ਹੋ ਰਹੀ ਸੀ ਆਖਰ ਘੋੜੇ ਨੇ ਬਲਦ ਨੂੰ ਕਿਹਾ ਅੱਜ ਮਾਲਕ ਗਵੰਡੀ ਨੂੰ ਕਹਿ ਰਿਹਾ ਸੀ ਕਿ ਜੇ ਬਲਦ ਇੱਕ ਅੱਧੇ ਦਿਨ ਵਿੱਚ ਠੀਕ ਨਾ ਹੋਇਆ ਤਾਂ ਕਸਾਈ ਨੂੰ ਵੇਚ ਦੇਵਾਂਗਾ ਕਸਾਈ ਦਾ ਨਾਂ ਸੁਣ ਕੇ ਹੀ ਬਲਦ ਠੀਕ ਹੋ ਗਿਆ ਉਸ ਉਪਰੰਤ ਘੋੜਾ ਬਲਦ ਦੇ ਦੁੱਖਾਂ ਤਕਲੀਫਾਂ ਨੂੰ ਸੁਣ ਲੈਂਦਾ ਸੀ ਪਰ ਮਦਦ ਦੀ ਕੋਈ ਪੇਚਕਸ ਨਹੀਂ ਸੀ ਨੈਕਸਟ ਔਰਸ਼ ਹੋਰ ਤਰ੍ਹਾਂ ਸੋਚਦਾ ਹੈ ਇਸਤਰੀ ਹੋਰ ਤਰ੍ਹਾਂ ਪੁੱਤਰ ਵਿਸ਼ਵ ਯਾਤਰਾ ਤੇ ਨਿਕਲਿਆ ਸੀ ਦਿਲ ਦੇ ਰੋਗੀ ਪਿਤਾ ਨੇ ਕਿਹਾ ਜੇ ਪਿੱਛੋਂ ਮੇਰੀ ਮੌਤ ਹੋ ਜਾਵੇ ਤਾਂ ਤੂੰ ਯਾਤਰਾ ਜਾਰੀ ਰੱਖੀ ਅਤੇ ਮੁਕੰਮਲ ਕਰਕੇ ਹੀ ਮੁਰਨਾ ਹੈ ਮਾਂ ਨੇ ਕਿਹਾ ਜਦੋਂ ਮੈਂ ਮਰਾਂ ਤੂੰ ਭਾਵੇਂ ਕਿਧਰੇ ਵੀ ਹੋਵੇਂ ਜ਼ਰੂਰ ਆਮੀ ਮੇਰਾ ਸੰਸਕਰ ਤੂੰ ਆਪਣੇ ਹੱਥਾਂ ਨਾਲ ਹੀ ਕਰ ਲੈ ਨੈਕਸਟ ਅਮਰੀਕਾ ਵਿੱਚ ਪਹਿਲਾਂ ਟਮਾਟਰ ਨਹੀਂ ਖਾਦੇ ਜਾਂਦੇ ਸੀ ਕਰਾਂ ਨੂੰ ਸਜਾਉਣ ਲਈ ਵਰਤੇ ਜਾਂਦੇ ਸਨ ਕਿਉਂਕਿ ਬਹਿਮ ਸੀ ਜਿਹੜਾ ਖਾਏਗਾ ਮਰ ਜਾਏਗਾ ਅਮਰੀਕਾ ਵਿੱਚ ਨਿਊ ਜਰਸੀ ਦੇ ਕਰਨਲ ਰਾਵਰਟ ਗਿਵਨ ਜான்ਸਨ ਨੇ ਐਲਾਨ ਕੀਤਾ ਕਿ ਉਹ ਸ਼ਹਿਰ ਵਿੱਚ ਵੱਡੇ ਚੌਂਗ ਵਿੱਚ ਖਲੋ ਕੇ ਇੱਕ ਨਹੀਂ ਦੋ ਨਹੀਂ ਉਹ ਟਮਾਟਰਾਂ ਦੀ ਛੋਟੀ ਭਰੀ ਟੋਕਰੀ ਖਾਏਗਾ ਉਸਨੇ ਟਮਾਟਰਾਂ ਦੀ ਟੋਕਰੀ ਖਾਦੀ ਜਦੋਂ ਉਸਨੂੰ ਕੁਝ ਨਾ ਹੋਇਆ ਤਾਂ 5 ਸਾਲਾਂ ਵਿੱਚ ਹੀ ਟਮਾਟਰ ਸਬਜ਼ੀ ਦੇ ਹਰ ਦੁਕਾਨ ਤੇ ਵਿਕਣ ਲੱਗ ਪਏ ਅਤੇ ਟਮਾਟਰਾਂ ਦਾ ਜੂਸ ਸੂਪ ਅਤੇ ਚਟਨੀ ਲੋਕਾਂ ਦੀ ਮਨਪਸੰਦ ਬਣ ਗਈ। ਨੈਕਸਟ ਲਿੰਕਨ ਨੇ ਆਪਣੀਆਂ ਫੌਜਾਂ ਨੂੰ ਵਿਰੋਧੀ ਫੌਜਾਂ ਤੇ ਹਮਲਾ ਕਰਨ ਦੇ ਫੈਸਲੇ ਨਾਲ ਇੱਕ ਚਿੱਟ ਲਿਖ ਕੇ ਭੇਜੀ ਜਿਸ ਤੇ ਲਿਖਿਆ ਸੀ ਜੇ ਸਫਲ ਹੋ ਜਾਓ ਤਾਂ ਜਿੱਤ ਨੂੰ ਆਪਣੀ ਦੱਸਣਾ ਜੇ ਨਾ ਹੋਵੋ ਤਾਂ ਹਾਰ ਦੀ ਜ਼ਿੰਮੇਵਾਰੀ ਮੈਂ ਲੈ ਲਵਾਂਗਾ ਜਿੱਤੋਗੇ ਤੁਸੀਂ ਹਾਰਾਂਗਾ ਮੈਂ ਇੰਨਾ ਸ਼ਬਦਾਂ ਨਾਲ ਲਿੰਕਨ ਨੇ ਆਪਣੀ ਫੌਜ ਦਾ ਹੌਸਲਾ ਬੁਲੰਦ ਕਰ ਦਿੱਤਾ ਸੀ। ਧੰਨਵਾਦ।